ਏਟੀਐਮ 'ਚ ਖੜੇ ਮੁੰਡੇ ਦੀ ਦੇਖੋ ਚੁਸ ਚਲਾਕੀ। ਇਸ ਤਰੀਕੇ ਨਾਲ ਏਟੀਐਮ ਬਦਲਿਆ ਕਿ ਕੰਨੋ ਕੰਨ ਕਿਸੇ ਨੂੰ ਖਬਰ ਵੀ ਨਹੀਂ ਹੋਈ। ਸੀਸੀਟੀਵੀ ਨੂੰ ਧਿਆਨ ਨਾਲ ਵੇਖੋ ਅਤੇ ਏਟੀਐਮ ਦੇ ਅੰਦਰ ਗਿਆਨ ਦੇਣ ਵਾਲਿਆਂ ਤੋਂ ਸਾਵਧਾਨ ਹੋ ਜਾਓ। ਜੇਕਰ ਤੁਹਾਡਾ ਕੋਈ ਹਮਦਰਦ ਬਣ ਕੇ ਤੁਹਾਡੀ ਸਹਾਇਤਾ ਕਰਨਾ ਚਾਹੁੰਦਾ ਹੈ, ਤੁਹਾਡੇ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਦੀ ਗੱਲ ਆਖਦਾ ਹੈ ਤਾਂ ਸਾਫ਼ ਮਨਾ ਕਰ ਦਿਓ। ਠੱਗੀ ਹੋਣ ਤੋਂ ਚੰਗਾ ਪੈਸੇ ਨਾ ਕਢਵਾਓ। ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਐਸੇ ਨੂੰ ਸਾਥ ਲੈ ਕੇ ਆਓ ਜਿਸਨੇ ਪਹਿਲਾਂ ਵੀ ਏਟੀਐਮ ਇਸਤੇਮਾਲ ਕੀਤਾ ਹੋਵੇ, ਤਾਂ ਪਿੰਡ ਦਿਆਂ ਇਹਨਾਂ ਭੋਲੇ ਭਾਲੇ ਲੋਕਾਂ ਨੂੰ ਏਟੀਐਮ ਚਲਾਉਣਾ ਨਹੀਂ ਆਉਂਦਾ। ਕਈਆਂ ਲੋਕਾਂ ਨੂੰ ਆਉਂਦਾ ਹੈ, ਪਰ ਜੇਕਰ ਕੋਈ ਐਰਰ ਆ ਜਾਏ ਤਾਂ ਲੋਕ ਇੱਕ ਦੂਜੇ ਦੀ ਮਦਦ ਲੈਣ ਲੱਗ ਜਾਂਦੇ ਨੇ। ਪਰ ਇਹੀ ਹੁੰਦਾ ਹੈ ਮਦਦ ਲੈਣ ਦਾ ਨਤੀਜਾ। ਦੇਖ ਸਕਦੇ ਹੋ ਕਿ ਇੱਕ ਥੋੜ੍ਹੀ ਦੇਰ ਦੀ ਮਦਦ ਲੈਣ ਨਾਲ ਇਸ ਸ਼ਖਸ ਨੂੰ ਲੱਖਾਂ ਰੁਪਏ ਦਾ ਘਾਟਾ ਹੋ ਗਿਆ। ਇਸਦਾ ਅਕਾਊਂਟ ਬਿਲਕੁਲ ਖਾਲੀ ਹੋ ਗਿਆ। ਇਹ 25,000 ਕਢਾਉਣ ਆਇਆ ਇਹ ਸ਼ਖਸ, ਜੋ ਕਿ ਇਸਦੇ ਆਲੇ ਦੁਆਲੇ ਤੁਸੀਂ ਕੁਝ ਲੋਕਾਂ ਨੂੰ ਵੇਖ ਸਕਦੇ ਹੋ। ਸੀਸੀਟੀਵੀ ਤਸਵੀਰਾਂ ਨੂੰ ਗੌਰ ਨਾਲ ਦੇਖੋ। ਕੁਝ ਲੋਕ ਆਉਂਦੇ ਨੇ, ਪਹਿਲਾਂ ਤਾਂ ਆਪਣੇ ਪੈਸੇ ਕਢਾਉਣ ਲੱਗ ਜਾਂਦੇ ਨੇ, ਨਾਟਕ ਕਰਦੇ ਨੇ, ਨੌਟੰਕੀ ਕਰਦੇ ਨੇ ਕਿ ਜਿਵੇਂ ਅਗਲੇ ਬੰਦੇ ਨੂੰ ਸ਼ੱਕ ਨਾ ਹੋਵੇ। ਤਾਂ ਇਹ ਸ਼ਖਸ ਇੱਕ ਏਟੀਐਮ ਤੋਂ ਦੂਸਰੇ ਏਟੀਐਮ ਜਾਂਦਾ ਹੈ, ਯਾਨੀ ਕਿ ਇੱਕ ਮਸ਼ੀਨ ਤੋਂ ਦੂਸਰੀ ਮਸ਼ੀਨ 'ਤੇ ਚੱਲ ਜਾਂਦਾ ਹੈ, ਜਿੱਥੇ ਜਾ ਕੇ ਉਸਦਾ ਏਟੀਐਮ ਕਾਰਡ ਨਹੀਂ ਚੱਲਦਾ। ਤਾਂ ਨਾਲ ਖੜ੍ਹਾ ਇਹ ਸ਼ਖਸ ਉਸ ਪੀੜਿਤ ਨੂੰ ਮਦਦ ਦੇ ਲਈ ਕਹਿੰਦਾ ਹੈ। ਤਾਂ ਅੱਗਿਓਂ ਭੋਲਾ ਭਾਲਾ ਪਿੰਡ ਦਾ ਇਹ ਸ਼ਖਸ, ਜੋ ਕਿ ਮਦਦ ਦੇ ਲਈ ਹਾਂ ਵੀ ਕਰ ਦਿੰਦਾ ਹੈ ਕਿਉਂਕਿ ਉਸਨੂੰ ਪੈਸੇ ਕਢਾਉਣੇ ਨਹੀਂ ਆ ਰਹੇ ਸੀ, ਬਸ ਇਸੇ ਦੇ ਵਿੱਚ ਇਸ ਸ਼ਖਸ ਨੂੰ ਧੱਕਾ ਮਾਰਿਆ ਗਿਆ, ਜਿਸ ਕਰਕੇ ਏਟੀਐਮ ਹੇਠਾਂ ਡਿੱਗਿਆ ਅਤੇ ਉਸ ਠੱਗ ਨੇ ਵੀ ਆਪਣਾ ਏਟੀਐਮ ਥੱਲੇ ਸੁੱਟਿਆ। ਬਸ ਇੰਨੀ ਹੀ ਦੇਰ ਸੀ ਕਿ ਸਕਿੰਟਾਂ ਦੇ ਵਿੱਚ ਏਟੀਐਮ ਫਿਰ ਬਦਲ ਕਰ ਲਿਆ ਗਿਆ। ਸ਼ਖਸ 25,000 ਪਹਿਲਾਂ ਹੀ ਕਢਾ ਚੁੱਕਿਆ ਸੀ। ਪੀੜਿਤ ਹੈ ਜੋ, ਉਸਨੇ ਆਪਣੇ ਪੈਸੇ ਲਏ ਅਤੇ ਬਾਹਰ ਨਿਕਲ ਗਿਆ। ਉਸ ਦੀਆਂ ਨੀਂਦਾਂ ਉਦੋਂ ਉੱਡੀਆਂ ਜਦ ਉਸਨੂੰ ਮੈਸੇਜ ਆਉਣ ਲੱਗੇ ਕਿ ਇੰਨੇ ਪੈਸੇ ਤੁਹਾਡੇ ਬੈਂਕ ਦੇ ਵਿੱਚੋਂ ਕਢਾ ਲਏ ਗਏ ਨੇ। ਬਾਅਦ ਦੇ ਵਿੱਚ ਪੁਲਿਸ ਕੋਲ ਗਿਆ, ਪੁਲਿਸ ਨੂੰ ਸ਼ਿਕਾਇਤ ਦਿੱਤੀ। ਆਓ ਪੀੜਿਤ ਤੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਉਹ ਸ਼ਖਸ ਦੇਖਣ ਦੇ ਵਿੱਚ ਕਿਹੋ ਜਿਹੇ ਸੀ ਜਿਨ੍ਹਾਂ ਨੇ ਲੱਖਾਂ ਰੁਪਏ ਇਸ ਦੇ ਏਟੀਐਮ ਕਾਰਡ ਦੇ ਵਿੱਚੋਂ ਕੱਢ ਲਏ ਨੇ। ਆਪ ਨੈਸ਼ਨਲ 'ਚ ਗਏ? ਹਾਂਜੀ, ਪੰਜਾਬ ਬੈਂਕ। ਹਾਂ, ਕਿੰਨੇ ਤਰੀਕ ਦੀ ਘਟਨਾ ਹੈ? ਇਹ 24 ਤਰੀਕ ਦੀ ਹੈ ਜੀ, 1:15 ਵਜੇ। ਅਤੇ ਕਿੰਨੇ ਪੈਸੇ ਕਢਾਏ ਤੁਸੀਂ? ਮੈਂ 25,000 ਰੁਪਇਆ ਕਢਾਇਆ ਜੀ। ਅਤੇ ਉਸ ਟਾਈਮ ਕੀ ਹੋਇਆ ਤੁਹਾਡੇ ਨਾਲ? ਉਸਦੇ ਬਾਅਦ ਉਹਦੇ ਨਾਲ ਮੇਰੇ ਇਹ ਹੋ ਗਿਆ ਜੀ, ਕਦੋਂ 25,000 ਦੀ ਮੈਂ 10,000 ਦੀ ਐਂਟਰੀ ਕੀਤੀ ਜੀ, ਇੱਕ 15 5 ਦੀ ਕੀਤੀ, ਇੱਕ 10 ਦੀ ਕੀਤੀ, ਫਿਰ ਉਹ ਕਦੋਂ ਐਂਟਰੀ ਕਰੀ ਖੀਰਲੀ ਐਂਟਰੀ ਕਰੀ, ਉਦੋਂ ਮੇਰਾ ਉਹਨੇ ਬੰਦੇ ਨੇ ਇਹ ਕਿਹਾ ਲੱਗਿਆ ਤੂੰ ਜੇਬ ਦੇ ਹੱਥ ਰੱਖ ਲੈ, ਤੇਰੇ ਕੋਲ ਪੈਸੇ ਨਹੀਂ। ਉਹਨੇ ਬੰਦੇ ਨੇ ਮੇਰਾ ਧਿਆਨ ਦੂਜੇ ਪਾਸੇ ਕਰਤਾ, ਉਹ ਮੈਂ ਐਵੇਂ ਵੇਖਣ ਲੱਗ ਗਿਆ, ਉਹਨੇ ਏਟੀਐਮ ਮਸ਼ੀਨ ਦੇ ਵਿੱਚ ਮੇਰੇ ਵਾਲਾ ਕੱਢ ਕੇ ਨਾਲ ਦੇ ਦੂਜਾ ਧੁੰਨਤਾ। ਹਾਂਜੀ, ਉਹਨੇ ਪਹਿਲੂ ਹੱਥ 'ਚ ਬੰਦੇ ਨੇ ਫੜ ਕੇ ਰੱਖਿਆ ਇਹ ਏਟੀਐਮ। ਕਿੰਨੇ ਪੈਸੇ ਨਿਕਲ ਗਏ ਤੁਹਾਡੇ? ਮੇਰਾ ਨਿਕਲ ਗਿਆ 2,00,000 ਰੁਪਇਆ ਜੀ। ਅਤੇ ਕੋਈ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ? ਕੀਤੀ ਹੋਈ ਹੈ ਜੀ। ਪੁਲਿਸ ਕੀ ਕਹਿ ਰਹੀ ਹੈ? ਪੁਲਿਸ ਵਾਲੇ ਨੇ ਕੋਈ ਕਰਾਂ ਦੇ ਕਾਰਵਾਈ 'ਚ ਸੀ ਨਾ, ਫਿਰ ਕੀ ਕਿਹਾ ਸਾਈਬਰ ਕ੍ਰਾਈਮ ਮੈਂ ਜਾਓ? ਹਾਂਜੀ, ਉੱਥੇ ਦਿੱਤੀ ਹੋਈ ਤਨਖਾਹ ਜੀ ਸੀ। ਅਤੇ ਕਿ 2,00,000 ਰੁਪਏ ਨਿਕਲ ਗਏ ਤੁਹਾਡੇ? ਹਾਂਜੀ, 2,00,000 ਰੁਪਏ ਨਿਕਲ ਗਏ। ਖਾਤਾ ਤਾਂ ਬੰਦ ਕਰਿਆ ਨਹੀਂ ਕਰਿਆ? ਉਦੋਂ ਨਹੀਂ ਕਰਵਾਤਾ, ਬੱਚੀ ਗੁੱਡੀਆਂ ਨੇ ਘਰ ਬੈਠੇ ਚੰਡੀਗੜ੍ਹ ਫੋਨ ਕਰਕੇ ਉਹ ਖਾਤਾ ਬੰਦ ਕਰਵਾਤਾ ਜੀ। ਕੀ ਨਾਮ ਦੱਸਿਆ ਤੁਸੀਂ ਆਪਣਾ? ਹਰਦੀਪ ਸਿੰਘ ਜੀ। ਹਰਦੀਪ ਸਿੰਘ, ਹਰਦੀਪ ਸਿੰਘ ਦੇ ਨਾਲ ਜਿਹੜੀ ਘਟਨਾ ਹੋਈ ਹੈ, ਏਟੀਐਮ ਦੇ ਰਾਹੀਂ ਤੁਸੀਂ ਪੈਸੇ ਕਢਾ ਰਹੇ ਹੋ, ਤਾਂ ਉਸ ਟਾਈਮ ਸਿਰਫ ਸਿੰਗਲ ਬੰਦਾ ਏਟੀਐਮ ਦੇ ਅੰਦਰ ਹੋਣਾ ਚਾਹੀਦਾ ਜਿਹੜਾ ਪੈਸਾ ਕਢਵਾਉਣ ਵਾਲਾ ਹੈ। ਦੂਸਰਾ ਵਿਅਕਤੀ ਕੋਈ ਵੀ ਅਣਜਾਣ ਹੈ, ਤੁਸੀਂ ਉਹਨੂੰ ਬਿਲਕੁਲ ਉਹਦੇ ਨਾਲ ਨਾ ਖੜੋ। ਅਸੀਂ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਦੂਜਾ ਬੰਦਾ ਖੜਾ ਹੋਵੇ, ਤੁਸੀਂ ਆਪ ਪੈਸੇ ਬਾਅਦ 'ਚ ਕਢਾਓ, ਨਹੀਂ ਤਾਂ ਇਸ ਤਰ੍ਹਾਂ ਹੀ ਘਟਨਾ ਔਰ ਉਹਦੇ ਨਾਲ ਵੀ ਹੋ ਸਕਦੀ ਹੈ। ਇਸ ਤਰ੍ਹਾਂ ਹੀ ਘਟਨਾਵਾਂ ਪਹਿਲੇ ਵੀ ਕਈ ਹੋਈਆਂ, ਲੇਕਿਨ ਪੁਲਿਸ ਨੂੰ ਚਾਹੀਦਾ ਕਿ ਇਸ ਤਰ੍ਹਾਂ ਦਾ ਜਿਹੜਾ ਮਾਮਲਾ 2,00,000 ਰੁਪਏ ਹਰਦੀਪ ਸਿੰਘ ਕੇ ਨਿਕਲੇ ਹੈ, ਇਸਕੀ ਜਾਂਚ ਕਰਕੇ ਜਿਹੜੇ ਕਥਿਤ ਆਰੋਪੀ ਹੈ ਪੁਲਿਸ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰੇ, ਤਾਂ ਕਿ ਕਿਸੇ ਹੋਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ। ਉਹਨੇ ਇੱਕ ਸਾਡੇ ਕੋਲ ਦਰਖਾਸਤ ਦਿੱਤੀ ਆ, ਹਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡਰ ਕੋਲ ਨਹੀਂ ਸਮਾਉਣਾ, ਉਹਦਾ ਨਾ ਕੋਈ ਏ ਟੀ ਐਮ
ਕਾਰਡ ਬਦਲ ਕੇ ਉਹਦੇ 'ਚੋਂ ਪੈਸੇ ਕਢਾਏ ਗਏ ਨੇ, 1,70,000 ਰੁਪਏ ਕਢਾਏ ਗਏ। ਹਾਂਜੀ, ਉਹਦੇ ਸੰਬੰਧੀ ਅਸੀਂ ਨਾ ਇੱਕ ਤਾਂ ਕੈਮਰਿਆਂ ਦੀ ਮਦਦ ਨਾਲ ਕੋਈ ਫੋਟੋਆਂ ਲਈਆਂ ਨੇ, ਵੀਡੀਓ ਵਗੈਰਾ, ਅਤੇ ਅਸੀਂ ਉਹਨਾਂ ਨੂੰ ਉਹਦੇ ਨਾਲ ਟਰੇਸ ਕਰਾਂਗੇ ਅਤੇ ਇਸ ਕਰਕੇ ਕਾਰਵਾਈ ਕੀਤੀ। ਇਹਦੇ ਸੰਬੰਧੀ ਸਾਈਬਰ ਕ੍ਰਾਈਮ ਨੂੰ ਦਿੱਤੀ, ਇੱਕ ਦਰਖਾਸਤ ਦੇ ਕੇ ਆਏ ਆ। ਕੀ ਲੋਕਾਂ ਨੂੰ ਅਪੀਲ ਕਰੋਗੇ ਵੀ ਏਟੀਐਮ 'ਚ ਪੈਸੇ ਕਢਾਉਂਦੇ ਬੰਦਾ ਅੰਦਰ ਹੋਣੇ ਚਾਹੀਦੇ ਫਿਰ ਨਹੀਂ? ਹਾਂਜੀ, ਧਿਆਨ ਰੱਖਣਾ ਚਾਹੀਦਾ ਉਹ ਇਹਨਾਂ ਦਾ, ਵੀਡੀਓ ਨਾਲ ਇਹ ਪਤਾ ਲੱਗਦਾ ਵੀ ਇਹਨਾਂ ਕੈਮਰੇ ਦੇ ਕੋਲ, ਉਹਦੇ ਏਟੀਐਮ ਦੇ ਕੋਲ ਜਾ ਕੇ ਨਾ ਕਾਰਡ ਬਦਲਾਉਂਦੇ ਆ, ਜਿਹੜੇ ਕੋਈ ਆਮ ਨੋਰਮਲ ਬੰਦੇ ਹੁੰਦੇ ਨੇ ਉਹਨਾਂ ਤੋਂ ਕਾਰਡ ਬਦਲ ਕੇ ਉਹਦਾ ਕਾਰਡ ਆਪ ਲੈ ਜਾਂਦੇ ਨੇ, ਉਹਨੂੰ ਡੁਪਲੀਕੇਟ ਫੜਾ ਜਾਂਦੇ। ਹਾਂਜੀ, ਉਹ ਬੰਦਾ ਅੰਦਰ ਹੋਣਾ ਚਾਹੀਦਾ? ਕੋਈ ਵੀ ਅੰਦਰ ਨਹੀਂ ਹੋਣਾ ਚਾਹੀਦਾ, ਜੇ ਕਢਾਉਣੇ ਆਪਦਾ ਵੱਖਰੇ ਤੌਰ 'ਤੇ ਇਕੱਲੇ ਕਢਾਉਂਦੇ, ਆਪਦੇ ਸੂਝ ਬੂਝ ਨਾਲ ਕਢਾਉਣੇ ਚਾਹੀਦੇ।